ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 18 ਵਿੱਚ ਤੁਹਾਨੂੰ ਜੀ ਆਇਆਂ ਨੂੰ ਸੌਰੀ। ਅੱਜ ਅਸੀਂ 18ਵਾਂ ਪਾਠ ਪੜਾਂਗੇ ਅੰਮ੍ਰਿਤਸਰ ਸ਼ਹਿਰ। ਇਹ ਹਿਸਟਰੀ ਦਾ ਲੈਸਨ ਹੋਏਗਾ ਤੁਹਾਡੇ ਵਾਸਤੇ ਕਿ ਅੰਮ੍ਰਿਤਸਰ ਸ਼ਹਿਰ ਦੀ ਹਿਸਟਰੀ ਕੀ ਹੈ। ਤੁਹਾਨੂੰ ਪਤਾ ਕਿ ਅੰਮ੍ਰਿਤਸਰ ਸ਼ਹਿਰ ਸਿੱਖਾਂ ਦੇ ਲਈ ਸਭ ਤੋਂ ਮਹੱਤਵਪੂਰਨ, ਸਭ ਤੋਂ ਇੰਪੋਰਟੈਂਟ, ਸਭ ਤੋਂ ਸਿਗਨੀਫਿਕੈਂਟ ਸ਼ਹਿਰ ਹੈ, ਕਿਉਂਕਿ ਇੱਥੇ ਸਾਡੇ ਹਰਿਮੰਦਰ ਸਾਹਿਬ ਨੇ ਜਿਹੜਾ ਕਿ ਸਭ ਤੋਂ ਸਿਗਨੀਫਿਕੈਂਟ ਮਹੱਤਵਪੂਰਨ ਗੁਰਦੁਆਰਾ ਸਾਹਿਬ ਹੈ ਸਾਡੇ ਕੋਲ, ਠੀਕ ਹੈ। ਇਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਔਖੇ ਸ਼ਬਦ ਪੜ੍ਹਾਂਗੇ। ਕਾਫੀ ਔਖੇ ਸ਼ਬਦ ਨੇ ਇਹਦੇ ਵਿੱਚ, ਪਰ ਤੁਸੀਂ ਕਾਫੀ ਸੁਣੇ ਵੀ ਹੋਏ ਨੇ, ਸੋ ਇਟ ਸ਼ੁਡਨਟ ਬੀ ਟੂ ਹਾਰਡ, ਠੀਕ ਹੈ। ਸੋ ਲੈਟਸ ਲਰਨ ਦ ਮੀਨਿੰਗਸ ਫਸਟ। ਮਹੱਤਵਪੂਰਨ, ਮਹੱਤਵ ਮੀਨਸ ਸਿਗਨੀਫਿਕੈਂਸ, ਪੂਰਨ ਮੀਨਸ ਸਿਗਨੀਫਿਕੈਂਟ। ਮਹੱਤਵਪੂਰਨ ਇਜ਼ ਇੰਪੋਰਟੈਂਟ ਔਰ ਸਿਗਨੀਫਿਕੈਂਟ। ਖੁਦਾਈ ਇਜ਼ ਡਿਗਿੰਗ ਔਰ ਐਕਸਕਵੇਸ਼ਨ। ਬੇਅਦਬੀ, ਡਿਸਰਿਸਪੈਕਟ। ਸੁਪਤਨੀ, ਵਾਈਫ। ਸਪੁੱਤਰ, ਸਨ। ਵਸਾਓ, ਇਸਟੈਬਲਿਸ਼। ਕਿਨਾਰੇ, ਔਨ ਦ ਬੈਂਕਸ। ਪ੍ਰਸਿੱਧ, ਫੇਮਸ। ਅੰਮ੍ਰਿਤ ਕੁੰਡ, ਦ ਵੈਲ ਆਫ ਨੈਕਟਰ। ਸੰਭਾਲ, ਕੇਅਰ। ਰੀਤ, ਟ੍ਰੈਡੀਸ਼ਨ। ਪ੍ਰੇਰਿਆ, ਇਨਕਰੇਜਡ। ਆਸੇ ਪਾਸੇ, ਅਰਾਊਂਡ। ਉਚਾਰਿਆ, ਅਟਡ। ਛੱਪੜੀ, ਸਮਾਲ ਪੌਂਡ। ਛੇੜ ਰਬਾਬ ਦੇ ਤਾਰ, ਟੀਸ ਦ ਸਟ੍ਰਿੰਗਸ ਆਫ ਰਬਾਬ। ਰੂਹਾਨੀਅਤ, ਡਿਵਿਨਿਟੀ। ਝੁੰਡ, ਗਰੁੱਪਸ ਔਰ ਗਰੋਵਸ। ਸੋ ਵੈਨ ਵੀ ਯੂਜ ਦਿਸ ਵਰਡ ਫੋਰ ਐਨੀਮਲਸ, ਅਸੀਂ ਕਹਿੰਦੇ ਹਾਂ ਜਾਨਵਰਾਂ ਦਾ ਝੁੰਡ, ਦੈਟ ਮੀਨਸ ਏ ਗਰੁੱਪ ਆਫ ਐਨੀਮਲਸ। ਜੇ ਕਈ ਵਾਰੀ ਅਸੀਂ ਕਹਿੰਦੇ ਹਾਂ ਦਰਖਤਾਂ ਦਾ ਝੁੰਡ, ਐਂਡ ਦੈਟ ਵਿਲ ਬੀ ਏ ਗਰੋਵ, ਲਾਈਕ ਓਕ ਗਰੋਵ, ਠੀਕ ਹੈ। ਅੰਮ੍ਰਿਤਸਰ ਪੰਜਾਬ ਦਾ ਵੱਡਾ ਅਤੇ ਸਿੱਖਾਂ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਹੈ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ 1501 ਵਿੱਚ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੰਮ੍ਰਿਤਸਰ ਆਏ। ਉੱਥੇ ਇੱਕ ਛੱਪੜੀ ਸੀ, ਉਸ ਦੇ ਕਿਨਾਰੇ ਇੱਕ ਬੇਰੀ ਦੇ ਦਰਖਤ ਦੇ ਹੇਠਾਂ ਬੈਠੇ। ਸੋ ਯੂ ਹੈਵ ਏ ਮਿਸਟੇਕ ਇਨ ਯੂਰ ਬੁੱਕ ਹੀਅਰ, ਇਟਸ ਓਨਲੀ ਸੇਜ਼ ਦਰ। ਆਈ ਥਿੰਕ ਆਈ ਵਾਸ correcting something and it got auto corrected. There's no khat here, so make sure you write drakhat. De hetaan baithe naal mardana vi si, bole mardaniya, bol sat kartar, sivai guru. Cheed rabab de tar, bani aaya, unna ne eh shabd utthe uchariya. Bikhya mal jaye amrit sar naavo, gur sar santokh paya. The filth of falsehood washes away by bathing in the Amritsar pool. In Guru's pool, contentment is obtained. Guru's pool is the words of Guru for us. Bahut sona nazara si, ethe Ravi ate Byas darya vagde san. Two rivers out of Panj. Beriyan de drakhtan de chund san. So again, this word is mistaken in your book. ਉਹਨਾਂ ਨੇ ਇਸ ਧਰਤੀ ਦੀ ਰੂਹਾਨੀਅਤ ਨੂੰ ਮਹਿਸੂਸ ਕੀਤਾ। ਗੁਰੂ ਨਾਨਕ ਦੇਵ ਜੀ ਨੇ ਇਸ ਥਾਂ ਤੇ ਬਹੁਤ ਵਾਰ ਡੇਰਾ ਲਾਇਆ। ਹੀ ਸਟੇਡ ਹੀਅਰ। ਇੱਥੇ ਹੀ ਗੁਰੂ ਨਾਨਕ ਦੇਵ ਜੀ 1512 ਵਿੱਚ ਬਾਬਾ ਬੁੱਢਾ ਜੀ ਨੂੰ ਮਿਲੇ। 1537 ਵਿੱਚ ਗੁਰੂ ਜੀ ਨੇ ਭਾਈ ਲਹਿਣਾ ਨੂੰ ਇਸ ਥਾਂ ਦੀ ਸੰਭਾਲ ਕਰਨ ਲਈ ਕਿਹਾ। ਸੋ ਈਵਨ ਸੈਕਿੰਡ ਗੁਰੂ ਕੇਮ ਹੀਅਰ। ਉਹਨਾਂ ਨੇ ਕਿਹਾ ਕਿ ਇੱਕ ਦਿਨ ਇਸ ਥਾਂ ਤੇ ਬਹੁਤ ਮਸ਼ਹੂਰ ਸ਼ਹਿਰ ਬਣੇਗਾ ਅਤੇ ਇੱਥੇ ਅੰਮ੍ਰਿਤ ਵਰਤੇਗਾ। ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਕਰਕੇ ਹੀ ਇਹ ਛੱਪੜੀ ਅੰਮ੍ਰਿਤ ਕੁੰਡ ਬਣੀ। ਅੰਮ੍ਰਿਤ ਕੁੰਡ ਮੀਨਸ ਦ ਵੈਲ ਆਫ ਨੈਕਟਰ। ਗੁਰੂ ਅੰਗਦ ਦੇਵ ਜੀ ਵੀ 1549 ਵਿੱਚ ਇੱਥੇ ਆਏ। ਉਹਨਾਂ ਦੇ ਨਾਲ ਗੁਰੂ ਅਮਰਦਾਸ ਜੀ ਵੀ ਸਨ। ਗੁਰੂ ਅਮਰਦਾਸ ਜੀ ਨੇ ਜਦ 22 ਮੰਜੀਆਂ ਦੀ ਸਥਾਪਿਤ ਕੀਤੀਆਂ ਤਾਂ ਇੱਥੇ ਸਭ ਤੋਂ ਵੱਡੀ ਮੰਜੀ ਜਾਂ ਸੈਂਟਰ ਬਣਾਇਆ। ਮੰਜੀ ਮੀਨਸ ਸੈਂਟਰ। 1571 ਵਿੱਚ ਗੁਰੂ ਰਾਮਦਾਸ ਜੀ ਨੇ ਭਾਈ ਰਾਮਦਾਸ ਜੀ ਨੂੰ ਬੁਲਾਇਆ। ਉਹਨਾਂ ਨੂੰ ਇਸ ਸਥਾਨ ਤੇ ਸੋਹਣਾ ਸ਼ਹਿਰ ਵਸਾਉਣ ਲਈ ਕਿਹਾ। ਸੋ ਇਹ ਭਾਈ ਗੁਰੂ ਰਾਮਦਾਸ ਜੀ ਸਨ ਜਿਨ੍ਹਾਂ ਨੇ ਕਿ ਅੰਮ੍ਰਿਤਸਰ ਸ਼ਹਿਰ ਵਸਾਇਆ।
ਗੁਰੂ ਰਾਮਦਾਸ ਜੀ ਨੇ 1577 ਵਿੱਚ ਅੰਮ੍ਰਿਤ ਕੁੰਡ ਦੀ ਥਾਂ ਤੇ ਹੀ ਅੰਮ੍ਰਿਤ ਸਰੋਵਰ ਦੀ ਖੁਦਾਈ ਕੀਤੀ। ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਂ ਰਾਮਦਾਸਪੁਰ ਬਣ ਗਿਆ ਬਿਕਾਜ਼ ਰਾਮਦਾਸ ਜੀ ਮੇਡ ਇਟ। ਇਸ ਨੂੰ ਚੱਕ ਰਾਮਦਾਸ ਵੀ ਕਿਹਾ ਗਿਆ, ਚੱਕ ਗੁਰੂ ਵੀ ਕਿਹਾ ਗਿਆ। ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤਸਰ ਸਰੋਵਰ ਦੇ ਆਸੇ ਪਾਸੇ ਆ ਕੇ ਰਹਿਣ ਦਾ ਹੁਕਮ ਦਿੱਤਾ, ਰਹਿਣ ਲਈ ਹੁਕਮ ਦਿੱਤਾ। ਗੁਰੂ ਸਾਹਿਬ ਜੀ ਨੇ ਇੱਥੇ ਵੱਖਰੇ ਵੱਖਰੇ ਵਪਾਰ ਵੀ ਸ਼ੁਰੂ ਕੀਤੇ, ਆਪਣੇ ਕੋਲੋਂ ਲੋਕਾਂ ਨੂੰ ਪੈਸੇ ਦੇ ਕੇ ਕੰਮ ਕਰਾਏ। ਕਈ ਲੋਕਾਂ ਨੇ ਦੁਕਾਨਾਂ ਵੀ ਬਣਾ ਲਈਆਂ। ਅੰਮ੍ਰਿਤਸਰ ਇੱਕ ਵੱਡਾ ਵਪਾਰਕ ਬਿਜ਼ਨਸ ਸੈਂਟਰ ਬਣ ਗਿਆ। ਵਪਾਰਕ ਮੀਨਸ ਬਿਜ਼ਨਸ। 1581 ਵਿੱਚ ਗੁਰੂ ਰਾਮਦਾਸ ਜੀ ਨੇ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤ ਕੁੰਡ ਵਾਲਾ ਸਰੋਵਰ ਇੱਟਾਂ ਪੱਥਰ ਲਾ ਕੇ ਪੱਕਾ ਕਰਨ ਲਈ ਭੇਜਿਆ। ਸੋ ਇੱਟ ਹੀ ਬਣਵਾਇਆ ਗੁਰੂ ਰਾਮਦਾਸ ਜੀ ਨੇ ਸੀ, ਪਰ ਪੱਕਾ ਕਰਕੇ ਸਰੋਵਰ ਉਹਨੂੰ ਗੁਰੂ ਅਰਜਨ ਦੇਵ ਜੀ ਨੇ ਬਣਾਇਆ। ਇਸ ਕੰਮ ਨੂੰ 5 ਸਾਲ ਲੱਗ ਗਏ। ਅੰਮ੍ਰਿਤ ਕੁੰਡ ਅੰਮ੍ਰਿਤ ਸਰੋਵਰ ਬਣ ਗਿਆ। ਅੰਮ੍ਰਿਤਸਰ ਬਾਰੇ ਇਹ ਅਖੌਤਾਂ ਮਸ਼ਹੂਰ ਹਨ। ਅੰਮ੍ਰਿਤਸਰ ਸਿਫਤੀ ਦਾ ਘਰ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਸੋ ਇਸ ਐਸੇ ਵਿੱਚ 394 ਸ਼ਬਦ ਨੇ। ਜੇ ਤੁਸੀਂ 60 ਸ਼ਬਦ 70 ਸ਼ਬਦ 1 ਮਿੰਟ ਵਿੱਚ ਪੜ੍ਹਦੇ ਹੋ ਤਾਂ ਤੁਸੀਂ ਇਹਨੂੰ 5-6 ਮਿੰਟ ਵਿੱਚ ਪੜ੍ਹ ਲਓਗੇ, ਠੀਕ ਹੈ। ਸੋਮਵਾਰ ਘਰ ਦਾ ਕੰਮ, ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਪੂਰੇ ਵਾਕਾਂ ਵਿੱਚ ਲਿਖੋ। ਅੰਮ੍ਰਿਤਸਰ ਦੇ ਹੋਰ ਕਿਹੜੇ ਨਾਂ ਹਨ? ਰਿਮੈਂਬਰ, ਅਸੀਂ ਪੜ੍ਹਿਆ ਸੀ ਕਿ ਇਹਨੂੰ ਰਾਮਦਾਸਪੁਰ ਵੀ ਕਿਹਾ ਗਿਆ, ਚੱਕ ਰਾਮਦਾਸ ਵੀ ਕਿਹਾ ਗਿਆ, ਚੱਕ ਗੁਰੂ ਵੀ ਕਿਹਾ ਗਿਆ, ਰਾਈਟ। ਸੋ ਤੁਸੀਂ ਇਹ ਤਿੰਨੇ ਨਾਂ ਇੱਥੇ ਲਿਖ ਸਕਦੇ ਹੋ। ਅੰਮ੍ਰਿਤਸਰ ਸ਼ਹਿਰ ਕਿਹੜੇ ਗੁਰੂ ਸਾਹਿਬ ਨੇ ਵਸਾਇਆ ਸੀ? ਗੁਰੂ ਅਮਰਦਾਸ ਜੀ ਨੇ ਭਾਈ ਰਾਮਦਾਸ ਜੀ ਨੂੰ ਬੁਲਾਇਆ ਅਤੇ ਇੱਥੇ ਸੋਹਣਾ ਸ਼ਹਿਰ ਵਸਾਉਣ ਲਿਆ ਕਿਹਾ, ਰਾਈਟ ਹੈ। ਸੋ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ। ਅੰਮ੍ਰਿਤ ਕੁੰਡ ਦਾ ਨਾਂ ਅੰਮ੍ਰਿਤ ਸਰੋਵਰ ਕਦੋਂ ਪਿਆ? ਜਦੋਂ 1581 ਵਿੱਚ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਕੁੰਡ ਨੂੰ ਇੱਟਾਂ ਲਾਈਆਂ ਤਾਂ ਇਹ ਅੰਮ੍ਰਿਤ ਸਰੋਵਰ ਬਣ ਗਿਆ, ਠੀਕ ਹੈ। ਅੰਮ੍ਰਿਤਸਰ ਬਾਰੇ ਕਿਹੜੀਆਂ ਕਹਾਵਤਾਂ ਮਸ਼ਹੂਰ ਹਨ? ਇਹ ਵਾਲੀਆਂ 2 ਕਹਾਵਤਾਂ, ਇਹਨਾਂ ਨੂੰ ਤੁਸੀਂ ਕਾਪੀ ਕਰੋਗੇ, ਠੀਕ ਹੈ। ਅੰਮ੍ਰਿਤਸਰ ਸ਼ਹਿਰ ਬਾਰੇ ਤੁਸੀਂ ਕੀ ਸਿੱਖਿਆ ਹੈ? ਸੋ ਅਸੀਂ ਇਹਦੇ ਵਿੱਚ ਕਾਫੀ ਫੈਕਟ ਪੜ੍ਹੇ ਨੇ, ਤੁਸੀਂ ਕੋਈ ਵੀ 2-3 ਫੈਕਟ ਇੱਥੇ ਲਿਖ ਸਕਦੇ ਹੋ, ਠੀਕ ਹੈ। ਹੇਠਾਂ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ। ਸੋ ਤੁਸੀਂ ਇਹ ਪਾਰਟ ਪੜ੍ਹੋਗੇ ਅਤੇ ਫਿਰ ਇਹਨਾਂ ਨਾਲ ਕਨੈਕਟ ਕਰੋਗੇ, ਠੀਕ ਹੈ। ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਂ ਦੀਵਾਲੀ ਅੰਮ੍ਰਿਤਸਰ ਦੀ, ਨੋ। ਸਿਫਤੀ ਦਾ ਘਰ, ਨੋ। ਚੱਕ ਰਾਮਦਾਸ ਅਤੇ ਚੱਕ ਗੁਰੂ ਵੀ ਕਿਹਾ ਗਿਆ। ਦਰ ਸੈਂਟੈਂਸ ਡਸਨਟ ਮੇਕ ਸੈਂਸ, ਆਲਦੋ ਇਟ ਕੁਡ ਬੀ ਰਾਈਟ ਆਨਸਰ। ਗੁਰੂ ਰਾਮਦਾਸਪੁਰ ਸੀ, ਆਈ ਥਿੰਕ ਦਿਸ ਮੇਕ ਸੈਂਸ, ਰਾਈਟ। ਸੋ ਦਿਸ ਵਨ ਵਿਲ ਬੀ ਕਰੈਕਟ। ਦੈਨ ਬੁੱਧਵਾਰ ਹੇਠਾਂ ਲਿਖੇ ਸ਼ਬਦਾਂ ਦੇ ਮਤਲਬ ਲਿਖੋ। ਇੱਥੇ ਹਰ ਪੰਜਾਬੀ ਸ਼ਬਦ 3 ਵਾਰ ਲਿਖੋ, ਠੀਕ ਹੈ। ਸੋ ਇਹਦੇ ਨਾਲ ਤੁਹਾਨੂੰ ਸ਼ਬਦ ਵੋਕੈਬਲਰੀ ਵੀ ਆ ਜਾਏਗੀ ਅਤੇ ਲਿਖਣਾ ਵੀ ਅਤੇ ਪੜ੍ਹਨਾ ਵੀ ਆ ਜਾਏਗਾ, ਠੀਕ ਹੈ। ਟਾਈਮਰ ਸੈੱਟ ਕਰੋ। ਇਸ ਲੇਖ ਵਿੱਚੋਂ ਕੋਈ 10 ਤੱਤ ਸੋਹਣੀ ਲਿਖਤ ਵਿੱਚ ਲਿਖੋ, ਕਿੰਨੇ ਮਿੰਟ ਲੱਗੇ, ਜਾਂ ਟਾਈਮਰ ਸੈੱਟ ਕਰੋ, ਇਹ ਲੇਖ ਪੜ੍ਹੋ ਕਿੰਨੇ ਮਿੰਟ ਲੱਗੇ, ਠੀਕ ਹੈ। ਸੋ ਯੂ ਕੈਨ ਡੂ ਈਦਰ ਐਕਟੀਵਿਟੀ ਔਰ ਯੂ ਕੈਨ ਡੂ ਬੋਥ ਐਕਟੀਵਿਟੀਜ਼। ਸੋ ਆਈ ਹੋਪ ਦਿਸ ਇਜ਼ ਸਟਾਰਟ ਯੂ ਏ ਹਿਸਟਰੀ ਲੈਸਨ ਐਂਡ ਆਲਸੋ ਬੈਟਰ ਰੀਡਿੰਗ ਆਫ ਪੰਜਾਬੀ ਐਂਡ ਰਾਈਟਿੰਗ ਆਫ ਪੰਜਾਬੀ ਐਂਡ ਲਾਟ ਆਫ ਵੋਕੈਬਲਰੀ, ਠੀਕ ਹੈ। ਆਈ ਵਿਲ ਸੀ ਯੂ ਇਨ ਦਾ ਨੈਕਸਟ ਲੈਸਨ। ਅੰਟਿਲ ਦੈਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।